ਚੱਲ ਤੈਨੂੰ ਆਪਣਾ ਮੈਂ ਪਿੰਡ ਵਖਾਵਾਂ, ਗੰਦਲਾ ਤੋੜ ਦੀਏ ਮੁਟਿਆਰੇ ਨੀ ਜਰਾ ਮੁੱਖ ਨੂੰ ਇਧਰ ਮੋੜ। ਕੋਈ ਤੁਹਾਨੂੰ ਆਈ ਹੇਟ ਯੂ ਕਹੀ ਜਾਵੇ, ਤੁਸੀਂ ਆਈ ਲਵ ਯੂ ਕਹੀ ਜਾਵੇ। ਤੂੰ ਆਉਣਾ ਸੀ ਤੂੰ ਨਹੀਂ ਆਇਆ, ਆਉਣਾ ਚਾਹੀਦਾ ਸੀ ਜਾਣਾ ਚਾਹੀਦਾ ਸੀ। ਮਿੰਨਤ ਰਾਜ ਮਿੰਨਤ ਕਹੀਏ ਜਾਂ ਹੁਣ ਹੰਸਰਾਜ ਹੰਸ ਕਹੀਏ, ਟੋਰ ਨਾ ਕਹੋ ਪਦਮ ਸ਼੍ਰੀ ਹੰਸਰਾਜ ਹੰਸ ਜੀ ਕਹੋ। FD ਕਰਾਈ ਹੋਈ ਹੈ ਮੈਂ ਪਿਆਰ ਦੀ, ਜਦੋਂ ਜਿੱਥੇ ਮਰਜ਼ੀ ਕੈਸ਼ ਕਰਾ ਲੈਂਦੀ ਹੈ। ਫਰੀਦਕੋਟ ਦੇ ਵਿੱਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ। ਕੀ ਕਿਸਾਨ ਇਸ ਵੇਲੇ ਇੰਨਾ ਵਿਰੋਧ ਕਿਉਂ ਕਰ ਰਹੇ ਆ, ਜਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੰਨੀ ਨਾਰਾਜ਼ਗੀ ਕਿਉਂ ਹੈ, ਔਰ ਪਿੰਡਾਂ ਦੇ ਵਿੱਚ ਆਉਣਾ ਬੀਜੇਪੀ ਦੇ ਉਮੀਦਵਾਰਾਂ ਦੇ ਲਈ ਇੰਨਾ ਮੁਸ਼ਕਿਲ ਵਾਲੀ ਸਥਿਤੀ ਕਿਉਂ ਬਣੀ ਹੋਈ ਹੈ? ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਜੀ। ਹਾਂਜੀ, ਕਿਸਾਨਾਂ ਦਾ ਵਿਰੋਧ ਕਿਸ ਤਰੀਕੇ ਦੇ ਨਾਲ ਫਰੀਦਕੋਟ ਜਿੱਤੋਗੇ, ਜਦੋਂ ਕਿਸਾਨ ਜਥੇਬੰਦੀਆਂ ਜਿੱਥੇ ਵੀ ਤੁਸੀਂ ਪਿੰਡਾਂ 'ਚ ਜਾਂਦੇ ਹੋ, ਜਿੱਥੇ ਵੀ ਤੁਸੀਂ ਜਾਂਦੇ ਹੋ, ਤਾਂ ਉੱਥੇ ਨਾਰਾਜ਼ਗੀ ਝੱਲਣੀ ਪੈਂਦੀ ਹੈ, ਗੁੱਸਾ ਝੱਲਣਾ ਪੈਂਦਾ, ਸਵਾਲ ਜਿਹੜੇ ਉਹ ਤੁਹਾਡੇ ਤੋਂ ਪੁੱਛੇ ਜਾਂਦੇ। ਚੱਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾਂ, ਉਹ ਪਿੰਡ ਵਿਖਾਵਾਂ, ਚੱਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾਂ, ਵੇਖ ਜੱਟਾਂ ਦੀਆਂ ਫਸਲਾਂ ਪੱਕੀਆਂ, ਇਧਰ ਨਰਮਾ ਉਧਰ ਮੱਕੀਆਂ, ਕਣਕ ਦੇ ਸਿੱਟੇ ਸੋਨੇ ਰੰਗ ਦੇ, ਆ ਗਈ ਵਿਸਾਖੀ ਦਿਖਾਵਾਂ, ਓ ਚੱਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾਂ, ਪਿੰਡ ਵਿਖਾਵਾਂ। ਲੇਕਿਨ ਇਹਨਾਂ ਪਿੰਡਾਂ ਦੇ ਵਿੱਚ ਹੋਰ ਸੁਣਾਈਏ ਤੁਹਾਨੂੰ ਦਿਹਾਤੀ ਗਾਣਾ, ਜਿਹੜਾ ਮੈਂ ਪਹਿਲਾਂ ਬਚਪਨ ਚ ਗਾਉਂਦਾ ਹੁੰਦਾ ਸੀ, ਗੰਦਲਾ ਤੋੜ ਦੀਏ ਮੁਟਿਆਰੇ ਨੀ ਜਰਾ ਮੁੱਖ ਨੂੰ ਇਧਰ ਮੋੜ, ਗੰਦਲਾ ਤੋੜ ਦੀਏ ਮੁਟਿਆਰੇ ਹਾਏ, ਗੰਦਲਾ ਤੋੜ ਦੀਏ ਮੁਟਿਆਰੇ ਨੀ ਜਰਾ ਮੁੱਖ ਨੂੰ ਇਧਰ ਮੋੜ, ਗੰਦਲਾ ਤੋੜ ਦੀਏ ਮੁਟਿਆਰੇ। ਇਹ ਵੀ ਗਾਣੇ ਹੁੰਦੇ ਸੀ, ਲੇਕਿਨ ਉਹੀ ਪਿੰਡਾਂ ਦੇ ਵਿੱਚ ਹੁਣ ਇੰਨੀ ਨਾਰਾਜ਼ਗੀ ਇਸ ਕਰਕੇ ਹੋ ਰਹੀ ਹੈ ਕਿ ਤੁਸੀਂ ਭਾਜਪਾ ਦੇ ਕੈਂਡੀਡੇਟ ਹੋ, ਇਸ ਕਰਕੇ ਤੁਹਾਨੂੰ ਪਿੰਡਾਂ 'ਚ ਵੜਨ ਤੋਂ ਰੋਕਿਆ ਜਾ ਰਿਹਾ ਵਾ, ਇਸ ਕਰਕੇ ਡਾਂਗਾ ਲੈ ਕੇ ਕਿਸਾਨ ਜਿਹੜੇ ਉਹ ਤੁਹਾਡੇ ਕੋਲ ਆ ਜਾਂਦੇ ਨੇ? ਕੋਈ ਨਹੀਂ, ਆਪਣੇ ਭਾਈ ਆ, ਆਪਾਂ ਹੱਥ ਜੋੜੀ ਜਾਣੇ ਆ। ਇੱਕ ਦਿਨ ਉਹਨਾਂ ਨੇ ਕਹਿਣਾ ਯਾਰ ਇਹ ਨਿਮਰਤਾ ਵਾਲਾ ਬੰਦਾ ਚੱਲ ਛੱਡੋ ਪਰੇ, ਅਜੇ ਥੋੜ੍ਹਾ ਜਿਹਾ ਮੁਹੱਬਤ ਕਰਦੇ ਆ, ਪਿਆਰ ਕਰਦੇ ਆ ਦੂਸਰੇ ਹਿਸਾਬ ਨਾਲ, ਅਤੇ ਕੋਈ ਤੁਹਾਨੂੰ ਆਈ ਹੇਟ ਯੂ ਕਹੀ ਜਾਵੇ, ਤੁਸੀਂ ਆਈ ਲਵ ਯੂ ਕਹੀ ਜਾਓ, ਬਸ ਕਹੀ ਜਾਓ। ਜੇ ਮਹਿਬੂਬ ਪਿਆਰ ਨਾ ਕਰੇ, ਪਿਆਰ ਦੀ ਥੋੜ੍ਹੀ ਜਿਹੀ ਮਿਕਦਾਰ ਵਧਾ ਦਿਉ, ਕੁਆਂਟਿਟੀ ਵਧਾ ਦਿਉ। ਮੈਂ ਤਾਂ ਦੇਖੋ ਜੋ ਮੇਰੇ ਕੋਲ ਮੈਂ ਉਹੀ ਦੇਣਾ। ਪਿੰਡਾਂ 'ਚ ਜਾਓਗੇ ਤੁਸੀਂ? ਹਾਂਜੀ, ਪਿੰਡਾਂ 'ਚ ਜਾਓਗੇ? ਪਿੰਡਾਂ 'ਚ ਫਿਰਦੇ ਹੁਣ, ਕਿੱਥੇ ਫਿਰਦੇ? ਪਿੰਡ 'ਚ ਹੀ ਹਾਂ, ਕਿਉਂਕਿ ਇਹ ਤਾਂ ਥੋੜ੍ਹਾ ਖੁੱਲ੍ਹਾ ਏਰੀਆ, ਕਈ ਥਾਵਾਂ 'ਤੇ ਅਸੀਂ ਦੇਖਦੇ ਹਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਜੇ ਕਿਸਾਨ ਲੀਡਰਾਂ ਨੂੰ ਪਤਾ ਲੱਗਦਾ ਤਾਂ ਫਿਰ ਪੂਰਾ ਘੇਰਾ ਜਿਹੜਾ ਉਹ ਪੈ ਜਾਂਦਾ। ਨਹੀਂ ਕੋਈ ਨਹੀਂ, ਘੇਰਾ ਪੈ ਜਾਂਦਾ, ਮਿੰਨਤ ਸ਼ਿਕਾਇਤ ਕਰੀ ਦੀ ਆ, ਫਿਰ ਉਹ ਕਰਨ ਵੀ ਦੇ ਦਿੰਦੇ ਆ, ਗੁੱਸੇ 'ਚ ਆਪੇ ਠੰਡੇ ਹੋ ਜਾਣਗੇ, ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਕੰਮ, ਠੀਕ ਹੋ ਜਾਏਗਾ। ਇੱਥੇ ਬੈਠ ਵੀ ਜਾਂਦੇ ਹਾਂ, ਔਰ ਅਸੀਂ ਇਹ ਵੀ ਦੇਖਿਆ ਕਿ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਸਾਡੇ ਕੋਲ ਸਵਾਲ ਨੇ, ਅਮਿਤ ਸ਼ਾਹ ਨੂੰ ਲੈ ਕੇ ਸਵਾਲ ਨੇ, ਸੁਨੀਲ ਜਾਖੜ ਨੂੰ ਲੈ ਕੇ ਸਵਾਲ ਨੇ, ਭਾਜਪਾ ਦੇ ਕੈਂਡੀਡੇਟ ਨੂੰ ਲੈ ਕੇ ਸਵਾਲ ਨੇ, ਸਾਡੇ ਕੋਲ ਖੇਤੀਬਾੜੀ ਮੰਤਰੀ ਨੂੰ ਲੈ ਕੇ ਸਵਾਲ ਨੇ। ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈ ਉਹ
ਦਿੱਤੇ ਨਹੀਂ ਜਾਂਦੇ। ਮੈਂ ਤਾਂ 2-3 ਵਾਰੀ ਬਹੈਸੀਅਤ ਮੁਜਰਿਮ ਹਾਜ਼ਰ ਹੋਇਆ ਹਾਂ, ਜੈਸੀ ਤੁੱਛ ਬੁੱਧੀ ਨਾਲ ਮੈਨੂੰ ਜਵਾਬ ਆਏ ਮੈਂ ਦਿੱਤੇ ਨੇ। ਹੁਣ ਜਾਂ ਤਾਂ ਫਿਰ 2-4 ਬੰਦੇ ਹੋਣ ਆਰਾਮ ਨਾਲ, ਇੱਦਾਂ ਖੂਹ ਥੱਲੇ ਜਾਂ ਕਿਸੇ ਸੱਥ 'ਤੇ ਬੈਠ ਕੇ ਗੱਲ ਕਰੀਏ, ਅਦਰਵਾਈਜ਼ ਬੋਰਡ ਥੱਲੇ, ਮੈਂ ਕਹਿਣਾ ਸੀ ਪਿੱਪਲ ਥੱਲੇ ਜਾਂ ਬੋਰਡ ਥੱਲੇ ਬੈਠੀਏ ਸੱਥ 'ਤੇ ਅਤੇ ਫਿਰ ਆਰਾਮ ਨਾਲ ਗੱਲ ਕਰੀਏ। ਉਹ ਫਿਰ ਹਜੂਮ ਵਿੱਚ ਜਦੋਂ ਮੈਂ ਬੋਲਦਾ 35-40 ਇਕੱਠੇ ਹੋ ਜਦੋਂ ਬੋਲਦੇ ਆ, ਅਤੇ ਮੈਂ ਤਾਂ ਵੈਸੇ ਵੀ ਸੋਫਟ ਸਪੋਕਨ ਆਦਮੀ ਹਾਂ, ਥੋੜ੍ਹਾ ਨਰਮ ਹੈ ਮੇਰੀ ਸੁਭਾਅ ਹੀ ਇਸ ਤਰ੍ਹਾਂ ਦਾ, ਮੇਰੀ ਆਵਾਜ਼ ਫਿਰ ਦੱਬੀ ਜਾਂਦੀ ਹੈ। ਆਰਾਮ ਨਾਲ ਜਦੋਂ ਹੁਕਮ ਕਰਨਗੇ ਮੈਂ ਹਾਜ਼ਰ ਹੋ ਜਾਵਾਂਗਾ, ਮੇਰਾ ਕੋਈ ਕਸੂਰ ਕੋਈ ਨਹੀਂ। ਜੇ ਇਮਾਨਦਾਰੀ ਨਾਲ ਸੋਚਣ ਤਾਂ ਮੇਰਾ ਕੋਈ ਕਸੂਰ ਨਹੀਂ। ਚੰਡੀਗੜ੍ਹ ਉਹਨਾਂ ਨੇ ਇੱਕ ਮੀਟਿੰਗ ਰੱਖੀ, ਕਹਿੰਦੇ ਕਿ ਅਸੀਂ ਸਾਰਾ ਦਿਨ ਉਡੀਕਦੇ ਰਹੇ, ਭਾਜਪਾ ਦਾ ਕੋਈ ਵੀ ਲੀਡਰ ਆਇਆ ਨਹੀਂ ਗੱਲਬਾਤ ਕਰਨ ਦੇ ਲਈ, ਅਸੀਂ ਤਾਂ ਗੱਲਬਾਤ ਕਰਨ ਲਈ ਬੁਲਾਇਆ ਸੀ। ਤੂੰ ਆਉਣਾ ਸੀ ਤੂੰ ਨਹੀਂ ਆਇਆ, ਆਉਣਾ ਚਾਹੀਦਾ ਸੀ, ਜਾਣਾ ਚਾਹੀਦਾ ਸੀ, ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਸੰਜੀਦਗੀ ਨਾਲ, ਅਤੇ ਜੇ ਨਹੀਂ ਆਏ ਤਾਂ ਫਿਰ ਜਦੋਂ ਚੰਡੀਗੜ੍ਹ ਚੱਲ ਕੇ ਮਿਨਿਸਟਰ ਆਉਂਦੇ ਸੀ, ਜਦੋਂ ਖੇਤੀਬਾੜੀ ਤੋਮਰ ਨਾਲ ਖੇਤੀਬਾੜੀ ਮੰਤਰੀ ਤੋਮਰ ਨਾਲ ਗੱਲਾਂ ਕਰਦੇ ਸੀ, ਅਤੇ ਉਦੋਂ ਕਿਤੇ ਨਿਬੜ ਜਾਂਦਾ ਤਾਂ ਵਧੀਆ ਸੀ। ਹੁਣ ਉਹ ਵੀ ਬਿਜ਼ੀ ਹੋਣੇ ਆ, ਸਾਰੇ ਤਾਂ ਇਲੈਕਸ਼ਨ ਲੜ ਰਹੇ, ਉਹ ਕਿੱਦਾਂ ਆਉਂਦੇ ਚੰਡੀਗੜ੍ਹ, ਸੋਚਣ ਵਾਲੀ ਗੱਲ ਹੈ। ਕਿਉਂਕਿ ਤੁਹਾਡਾ ਐਡਾ ਵੱਡਾ ਨਾਮ, ਐਡਾ ਵੱਡਾ ਰੁਤਬਾ, ਪਦਮ ਸ਼੍ਰੀ, ਪੂਰੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਹੰਸਰਾਜ ਹੰਸ ਸੀ, ਤੁਸੀਂ ਕਿਤੇ ਕਹਿ ਰਹੇ ਸੀ ਕਹਿੰਦੇ ਕਿ ਹੰਸਰਾਜ ਹੰਸ ਤੋਂ ਹੁਣ ਮਿੰਨਤ ਰਾਜ ਮਿੰਨਤ ਜਿਹੜਾ ਵਾ ਉਹ ਹੰਸ ਹੋਰਾਂ ਨੂੰ ਬਣਾ ਦਿੱਤਾ, ਕਿਤੇ ਵੀ ਜਾਂਦਾ ਹੱਥ ਜੋੜਦਾ ਜਿਹੜਾ ਰਹਿ ਜਾਂਦਾ, ਕਈ ਵਾਰ ਘਰ ਵਾਲੀ ਵੀ ਕਹਿੰਦੀ ਹੈ ਕਿ ਹੁਣ ਤਾਂ ਹੱਥ ਜੋੜਨੇ ਬੰਦ ਕਰ ਦਿਉ, ਮੈਂ ਤਾਂ ਤੁਸੀਂ ਘਰੇ ਆ ਗਏ। ਆ ਫਾਇਦੇ 'ਚ ਹੀ ਰਹਿੰਦਾ ਬੰਦਾ ਹੱਥ ਜੋੜਨ ਵਾਲਾ, ਨੁਕਸਾਨ 'ਚ ਨਹੀਂ ਰਹਿੰਦਾ, ਆਕੜ ਕੇ ਫਿਰਨ ਵਾਲਾ ਬੰਦਾ ਹਮੇਸ਼ਾ ਨੁਕਸਾਨ 'ਚ ਰਹਿੰਦਾ। ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਰੱਬ ਨੇ ਹੰਕਾਰ, ਹਉਮੈ, ਖੁਦੀ, ਤਕੱਬਰ ਕਿਸੇ ਨਾ ਕਿਸੇ ਤਰੀਕੇ ਨਾਲ ਮਾਰਨਾ ਸੀ, ਅਤੇ ਉਹ ਫਿਰ ਕੋਈ ਗੱਲ ਨਹੀਂ, ਇਹ ਕੋਈ ਨੁਕਸਾਨ ਵਾਲੀ ਥੋੜ੍ਹੀ ਗੱਲ ਹੈ। ਹੱਥ ਜੋੜਨ ਨਾਲ ਤੁਹਾਡਾ ਕੀ ਘਟਦਾ? ਜਿੱਥੇ ਤੱਕ ਟਾਈਟਲ ਸ਼ਾਈਟਲ ਹੈ, ਪਦਮ ਸ਼੍ਰੀ, ਇਹ ਉਹ ਸਾਰਾ ਕੁਛ, ਇਹ ਖਾਬ ਆ ਦੁਨੀਆ, ਆਪਣੇ ਆਪ ਨੂੰ ਤੁਸੀਂ ਮੋਢਿਆਂ 'ਤੇ ਨਾ ਚੁੱਕੀ ਫਿਰੋ। ਛੋਟੇ ਜਿਹੇ ਅਦਨੇ ਜਿਹੇ ਆਪਾਂ ਮਜ਼ਦੂਰ ਦੇ ਬੇਟੇ ਹਾਂ, ਖੇਤ ਮਜ਼ਦੂਰ ਦੇ। ਮਿੰਨਤ ਰਾਜ ਮਿੰਨਤ ਕਹੀਏ ਜਾਂ ਹੁਣ ਹੰਸ ਰਾਜ ਹੰਸ ਕਹੀਏ? ਟੋਰ ਨਾ ਕਹੋ, ਪਦਮ ਸ਼੍ਰੀ ਹੰਸ ਰਾਜ ਹੰਸ ਜੀ ਕਹੋ। ਅਤੇ ਦੂਜਾ ਵੀ ਇਹ ਕਿ ਇਸ ਵੇਲੇ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਨੇ? ਮੇਰੇ ਖਾਤਾ ਤਾਂ ਖਾਲੀ ਹੁੰਦਾ ਭਰਾਵਾ, ਖਾਤਾ ਚੈੱਕ ਕਰ ਲੈਣ, ਤਨਖਾਹ ਮਿਲਦੀ ਸੀ ਥੋੜ੍ਹੀ ਜਿਹੀ, ਉਹ ਚਾਹ ਪਾਣੀ 'ਤੇ ਲੱਗ ਜਾਂਦੀ ਹੈ। ਜਿੰਨਾ ਮੇਰਾ ਇੱਕ ਰਾਤ ਦਾ ਹੋਟਲ ਦਾ ਖਰਚ ਹੁੰਦਾ, ਇਹ ਇੰਨੀ ਤਾਂ ਤਨਖਾਹ ਹੁਣ ਮਿਲਦੀ ਹੈ। MP ਨੂੰ ਤਨਖਾਹ ਕਿੰਨੀ ਕੁ ਮਿਲਦੀ? ਚਾਹਦੇ ਸੀ ਉਦੋਂ ਫਿਰ ਖਾਤੇ ਦੇਖਣ ਵਾਲੇ ਸੀ, ਉਦੋਂ ਬਹਿਜਾ ਸੀ। ਹੁਣ ਮੇਰਾ ਇੱਕ ਹੋਰ ਖਾਤਾ ਆ, ਉਹ ਫੁੱਲ ਆ, ਉਹ ਮੇਰੇ ਮਾਲਕ ਜਦੋਂ ਐਂਡ ਆਫ ਦਾ ਡੇ ਹਿਸਾਬ ਹੋਣਾ ਨਾ ਉੱਪਰ, ਉਹਨੇ ਕਹਿਣਾ ਵੀ ਬੰਦਾ ਠੀਕ ਸੀਗਾ, ਇਹਨੇ ਕੋਈ ਹਰਾਮ ਦੀ ਕਮਾਈ ਨਹੀਂ ਖਾਧੀ, ਅਤੇ ਫਿਰ ਆਪਾਂ ਬਚ ਜਾਵਾਂਗੇ। ਮੈਨੂੰ ਉਸ ਦਿਨ ਤੋਂ ਬੜਾ ਡਰ ਲੱਗਦਾ, ਕਿਉਂਕਿ ਮਰਤਾ ਆਖਰ ਸਾਹਿਬ ਨੇ ਜਾਣਾ ਹੀ ਹੈ, ਹਲਾਲ ਦੀ ਕਮਾਈ ਬੱਚਿਆਂ ਦੇ ਮੂੰਹ 'ਚ ਪਾਓ। ਦੇਖੋ ਦੋਨੇ ਬੱਚੇ, ਨਵਰਾਜ ਜੀ ਔਰ ਯੁਵਰਾਜ ਜੀ, ਇੱਕ ਛੋਟੇ ਬੱਚੇ ਵੀ ਹੈ ਸਾਡੇ, ਉਹ ਮੇਰੇ ਬੇਟੇ ਹੀ ਆ ਭਤੀਜੇ, ਔਰ ਸਾਡਾ ਕਾਕੜੂ ਨਿੱਕਾ ਸਭ ਤੋਂ ਪੋਤਰਾ, ਸਾਰੇ ਹੀ ਸਟਾਰ। ਜੇ ਹਲਾਲ ਦੀ ਕਮਾਈ ਸੀ ਸਾਰੇ ਸੁਰ ਚ ਹੈ ਨਾ, ਬਸ ਸੁਰ ਚ ਹੋਣਾ ਜ਼ਰੂਰੀ ਚਾਹੀਦਾ। ਨਹੀਂ ਘਰਦੇ ਕਹਿੰਦੇ ਨੀ ਕਿ ਗਲਤ ਪਾਸੇ ਤੁਸੀਂ ਚਲੇ ਗਏ, ਫਰੀਦਕੋਟ ਨਹੀਂ ਜਾਣਾ ਚਾਹੀਦਾ? ਨਹੀਂ, ਘਰਦਿਆਂ ਨੂੰ ਪਤਾ, ਸ਼ੁਰੂ ਚ ਜਰਕ ਲੱਗਦੀ ਹੁੰਦੀ ਜਿਹੜਾ ਲੱਖਾਂ ਰੁਪਇਆ ਛੱਡ ਕੇ ਇੱਧਰ ਤੁਰਨ ਫਿਰਨ ਲੱਗ ਪਵੇ,
ਫਿਰ ਸਮਝ ਲੱਗ ਜਾਂਦੀ ਕਿ ਰੱਬ ਕਿਸੇ ਹੋਰ ਬੰਨਿਓ ਦੇ ਦਿੰਦਾ। ਖਾਤੇ ਚ ਕਿੰਨੇ ਪੈਸੇ ਤੁਸੀਂ? ਖਾਤੇ ਚ ਬਥੇਰੇ ਪੈਸੇ, ਜਿੱਦਣ ਕਾਗਜ਼ ਭਰਨੇ ਆ ਹੀ ਜਾਣੇ। ਖਾਤੇ ਚ ਸਿਰਫ ਮੁਹੱਬਤ ਹੀ ਆ। ਦੂਸਰਾ ਵੀ ਇਹ ਕਿ ਐਫ ਡੀ ਕਰਾਈ ਹੋਈ ਆ ਮੈਂ ਪਿਆਰ ਦੀ, ਜਦੋਂ ਜਿੱਥੇ ਮਰਜ਼ੀ ਕੈਸ਼ ਕਰਾ ਲਈ ਦੀ ਆ। ਫਰੀਦਕੋਟ ਦੇ ਵਿੱਚ ਤੁਸੀਂ ਲੜ ਰਹੇ ਹੋ, ਜਲੰਧਰ ਪਹਿਲਾਂ ਤੁਸੀਂ ਸੀਗੇ, ਔਰ ਜਲੰਧਰ ਇਸ ਵਾਰ ਤੁਹਾਡੇ ਪੁਰਾਣੇ ਸਾਥੀ ਸਤਿ ਸ਼੍ਰੀ ਅਕਾਲ ਭਾਜੀ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਮੈਦਾਨ ਦੇ ਵਿੱਚ ਆ ਗਏ, ਕਿਵੇਂ ਦੇਖਦੇ ਹੋ ਚੰਨੀ ਹੋਰਾਂ ਨੂੰ? ਕਿਵੇਂ ਦੇਖਦੇ ਚੰਨੀ ਜੀ? ਸਾਰਿਆਂ ਨੂੰ ਗੁੱਡ ਲੱਕ, ਵਿਸ਼ ਥੈਮ ਆਲ ਦਾ ਬੈਸਟ, ਵਿਸ਼ ਹਿਮ ਆਲ ਦਾ ਬੈਸਟ। ਔਰ ਪਿਆਰੇ ਬੰਦੇ ਨੇ ਸਾਰੇ ਬੰਦੇ ਆ, ਰਿੰਕੂ ਸਾਹਿਬ ਉੱਥੋਂ ਖੜੇ ਆ, ਉਹਨਾਂ ਲਈ ਵੀ ਦੁਆਵਾਂ। ਔਰ ਜਿੰਨੇ ਚੰਨੀ ਹੋਰਾਂ ਦਾ ਇੱਕ ਸਟੇਜ ਤੇ ਕਿੱਸਾ ਸੀਗਾ, ਜਦੋਂ ਉਹ ਕਿੱਸਾ ਕੀ ਸੀਗਾ ਜਦੋਂ ਸਟੇਜ ਤੇ ਤੁਸੀਂ ਛਾਲ ਮਾਰੀ ਸੀ? ਵਸਲ ਕੀ ਸ਼ਬ ਨਾ ਛੇੜ ਕਿੱਸਾ ਹੈ ਗਮ, ਇਹ ਕਿਸੇ ਔਰ ਦਿਨ ਸੁਣਾ ਲੈਣਾ, ਇੰਨੇ ਮਜ਼ੇ ਨਾਲ। ਨਹੀਂ, ਉਦੋਂ ਸਟੇਜ ਤੋਂ ਛਾਲ ਕਿਉਂ ਮਾਰੀ ਸੀ? ਪਤਾ ਨਹੀਂ, ਮੈਨੂੰ ਯਾਦ ਹੀ ਨਹੀਂ, ਮੈਂ ਡਿਲੀਟ ਕਰ ਦਿੰਦਾ ਭੈੜੀ ਮੈਮਰੀਜ਼। ਹੁਣ ਮੈਨੂੰ ਇੰਨਾ ਯਾਦ ਹੈ ਕਿ ਹੁਣ ਮੇਰੇ ਅਥਾਹ ਪਿਆਰ ਹੈ ਸਭ ਲਈ, ਐਟ ਪ੍ਰੈਜੈਂਟ ਅਥਾਹ ਪਿਆਰ। ਕਿਸਾਨਾਂ ਨਾਲ ਗੱਲਬਾਤ ਕਰੋਗੇ ਜੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆ, ਬੈਠੋਗੇ ਆਮੋ ਸਾਹਮਣੇ, ਟੇਬਲ ਟੋਕ ਹੋਏਗੀ? ਮੈਂ ਪਹਿਲਾਂ ਅਰਜ਼ ਕੀਤੀ ਕਿ ਜਿੱਥੇ ਵੀ ਬੁਲਾਇਆ, ਜਦੋਂ ਬੁਲਾਇਆ, ਮੈਂ ਤਾਂ ਉੱਥੇ ਚਲੇ ਗਿਆ। ਹਾਲਾਂਕਿ ਰਿਸਕ ਸੀ, ਮੇਰੇ ਸਾਰੇ ਅੰਗ ਰਕਸ਼ਕ ਇਹਨਾਂ ਨੇ ਕਿਹਾ ਸੀ ਨਹੀਂ ਜਾਣਾ ਚਾਹੀਦਾ, ਪਿੰਡ ਵਾਲੇ ਵੀ ਕਹਿੰਦੇ ਸੀ, ਸਪੋਰਟਰ ਵੀ, ਬੀਜੇਪੀ ਵਰਕਰ ਵੀ। ਮੈਂ ਕਿਹਾ ਨਹੀਂ, ਆਪਣੇ ਭਾਈ ਆ, ਮੈਂ ਚੱਲ ਕੇ ਚਲੇ, ਪੈਦਲ ਚੱਲ ਕੇ ਗਿਆ ਉਹਨਾਂ ਦੇ ਵਿੱਚ। ਜੋ ਉਹਨਾਂ ਨੇ ਸਵਾਲ ਕੀਤੇ, ਜਾਂ ਤਾਂ ਫਿਰ ਸਹਿਜਤਾ ਨਾਲ ਸਵਾਲ ਕਰਨ, ਸਹਿਜਤਾ ਨਾਲ ਸੁਣਨ, ਅਤੇ ਜਦੋਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਵੀ ਸੁਣਨਾ ਹੀ ਨਹੀਂ ਕੋਈ ਚੱਜ ਨਾਲ, ਅਤੇ ਫਿਰ ਗਾਲੀ ਗਲੋਚ ਕਰਨਾ, ਇਹ ਮਾਲਕ ਨੂੰ ਚੰਗਾ ਨਹੀਂ ਲੱਗਦਾ। ਕਰਨ ਉਹ ਆਪਣੀ ਮਰਜ਼ੀ, ਮੈਂ ਉਹਨਾਂ ਨੂੰ ਮਸ਼ਵਰਾ ਦਊਂਗਾ, ਇਹ ਮਾਲਕ ਨੂੰ ਨਹੀਂ ਪਾਉਂਦਾ ਇਹ ਗੱਲ। ਕਹਿੰਦਾ ਸੋਨੇ ਦੀ ਇੱਟ ਮਾਈ ਆ, ਰੱਬ ਤੈਨੂੰ ਕਲਮ ਦਿੱਤੀ, ਐਡੇ ਜ਼ੁਲਮ ਨਾ ਲਿਖ ਮਾਈ ਆ। ਹਿਸਾਬ ਕਿਤਾਬ ਹੋਣੇ ਆ, ਦੇਖ ਲਿਓ। ਹਿਸਾਬ ਕਿਤਾਬ 1 ਜੂਨ ਨੂੰ ਵੀ ਹੋਣਾ, ਤੇ 4 ਜੂਨ ਨੂੰ ਨਤੀਜੇ ਵੀ ਆਣੇ ਆ। ਉਸ 1 ਜੂਨ ਦੇ ਹਿਸਾਬ ਕਿਤਾਬ ਚ ਤੁਹਾਡੀ ਕੈਲਕੂਲੇਸ਼ਨ ਕੀ ਕਹਿੰਦੀ ਹੈ, ਕਿੱਥੇ ਪਦਮ ਸ਼੍ਰੀ ਹੰਸਰਾਜ ਹੰਸ ਜੀ ਖੜੇ ਨੇ? ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ, ਕਮਲ ਵਾਲਾ ਫੁੱਲ ਖਿਲੇਗਾ, ਇਹੀ ਹੋਣਾ 4 ਤਰੀਕ ਨੂੰ, ਇਹੀ ਆਣਾ।